भाजपा विच लगातार किसानां दे अंदोलन नूं लैके वख-वख समें ते भाजपा दे आगूआं वल्लों बयान दित्ते जा रहे हन, जिथे कि पिछले दिनी साबका मंत्री रह चुके अनिल जोशी ने किसानां दे हक विच बयान दित्ते। उत्थे ही हुण साबका मंत्री रह चुके मास्टर मोहन लाल ने भी किसानां दे हक दे विच बोलदे होए कहा कि पंजाब भाजपा वल्लों समें सिर इस अंदोलन नूं करन ते नहीं रोकिया गया, जिस दा नतीजा यह है कि अज साडे किसान सड़कां ते उतर के प्रदर्शन कर रहे हैं। उन्होंने केंद्र सरकार तो मंग की है कि किसानां दे मामले नूं हल किया जाए। उधर जदों आने वाले 2022 दीआं चोणां दे बारे मास्टर मोहन लाल नूं पुछया गया तां उन्होंने कहा है कि अश्विनी शर्मा जो कि भाजपा दे पंजाब प्रधान हन, वह पठानकोट की सियासत दे विच उन्हां नूं कदी भी सरगर्म नहीं होण देणगे। दस दे कि अकाली भाजपा सरकार दे समय मास्टर मोहन लाल मंत्री रह चुके हैं अते लगातार सियासत दे विच सरगर्म हैं। अज उन्होंने एक वड्डा बयान देंदे हुए साबका मंत्री अनिल जोशी का हुंगारा भरिया है अते किसानां दे हक दे विच आवाज़ बुलंद की है कि केंद्र सरकार नूं पंजाब भाजपा सरकार समय सिर किसानां दे अंदोलन नूं रोकण दे विच नाकामयाब सिद्ध हुई है। ਨਹੀਂ ਉਹਨੇ ਮਾੜਾ ਨਹੀਂ ਕੀਤਾ, ਕਿਸਾਨ ਕਿਹੜੇ ਬਗਾਨੇ ਨੇ। ਅਗਰ ਜੋਸ਼ੀ ਨੇ ਕਿਸਾਨਾਂ ਦੇ ਹੱਕ 'ਚ ਆਹ ਦਾ ਨਾਰਾ ਮਾਰਿਆ ਅਤੇ ਉਹਨੇ ਕੋਈ ਮਾੜੀ ਗੱਲ ਨਹੀਂ ਕੀਤੀ ਹੈ, ਉਹਨੇ ਪਾਰਟੀ ਨੂੰ ਇਹ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ। ਉਹਨੇ ਕੋਈ ਇਹ ਨਹੀਂ ਕਿਹਾ ਕਿ ਵੀ ਮੈਂ BJP ਦਾ ਵਿਰੋਧ ਕਰ ਰਿਹਾ ਜਾਂ ਮੈਂ ਮੋਦੀ ਦਾ ਵਿਰੋਧ ਕਰ ਰਿਹਾ। ਉਹਨੇ ਸਿਰਫ ਇੱਕੋ ਹੀ ਪ੍ਰਾਰਥਨਾ ਕੀਤੀ ਹੈ, ਜੋਸ਼ੀ ਅਨਿਲ ਜੋਸ਼ੀ ਸਾਡਾ ਬੜਾ ਪੁਰਾਣਾ ਸਾਥੀ ਹੈ, ਬੱਚਾ ਹੈ ਔਰ ਮਿਨਿਸਟਰ ਰਿਹਾ, ਉਹਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੀਆਂ ਗੱਲਾਂ ਸੁਣੋ, ਕਿਸਾਨਾਂ ਦੀਆਂ ਗੱਲਾਂ ਸੁਣੋ ਬਈ। ਉਹਨੇ ਵੀ ਕਿਹਾ ਹੈ ਕਿ ਪੰਜਾਬ ਭਾਜਪਾ ਕਿਸਾਨਾਂ ਦੀ ਗੱਲ ਕੇਂਦਰ ਅੱਗੇ ਨਹੀਂ ਰੱਖ ਸਕੀ। ਇਹ ਵੀ ਗੱਲ ਉਹਨੇ ਠੀਕ ਕਹੀ ਹੈ, ਮਾੜੀ ਥੋੜ੍ਹੀ ਕਹੀ ਹੈ। ਦੇਖੋ, ਅਗਰ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੀ ਸੂਝਵਾਨ ਹੁੰਦੀ, ਦਿਮਾਗੀ ਤੌਰ 'ਤੇ ਉਹ ਕਿਸਾਨਾਂ ਦੇ ਅੰਦੋਲਨ ਦੀ ਗੰਭੀਰਤਾ ਨੂੰ ਪ੍ਰਾਰੰਭਿਕ ਦੌਰ 'ਚ ਸ਼ੁਰੂ ਦੇ ਦੌਰ 'ਚ ਸਮਝ ਲੈਂਦੀ ਔਰ ਕੇਂਦਰ ਨੂੰ ਠੀਕ ਗਾਈਡ ਕਰਦੀ, ਅੱਜ ਅੰਤਰਰਾਸ਼ਟਰੀ ਮੁੱਦਾ ਕਿਸਾਨ ਅੰਦੋਲਨ ਨਾ ਬਣਦਾ ਜੇ ਪੰਜਾਬ ਭਾਰਤੀ ਜਨਤਾ ਪਾਰਟੀ ਸਸ਼ਕਤ ਹੋ ਕਰਕੇ ਕੇਂਦਰ ਨੂੰ ਗਾਈਡ ਕਰਦੀ ਕਿ ਅਸੀਂ ਗਲਤ ਕਰ ਬੈਠੇ ਹਾਂ, ਸਾਨੂੰ ਠੀਕ ਕਰਕੇ ਕਾਨੂੰਨ ਦਿਓ। ਉਹਨਾਂ ਨੇ ਤਾਂ ਇਹ ਕਮੇਟੀ ਬਣਾਤੀ ਇੱਕ ਗ੍ਰੇਵਾਲ ਦੀ ਅਤੇ ਇੱਕ ਜੈਨੀ ਦੀ ਅਧਿਅਕਸ਼ਤਾ 'ਚ, ਉਹ ਦੋਨੇ ਹੀ ਸਰਕਾਰ ਦੇ ਗੁਣ ਗਾਉਂਦੇ ਰਹੇ ਔਰ ਇਸ ਤਰੀਕੇ ਦੇ ਨਾਲ ਸਾਡੇ ਥੱਲੋਂ ਜ਼ਮੀਨ ਪੰਜਾਬ 'ਚ ਖਿਸ ਗਈ। ਅਨਿਲ ਜੋਸ਼ੀ ਪਾਰਟੀ ਦਾ ਵਿਰੋਧ ਨਹੀਂ ਕਰ ਰਿਹਾ, ਉਹ ਕਿਸਾਨਾਂ ਦੀ ਹਮਾਇਤ ਕਰ ਰਿਹਾ। ਉਹਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਅਗਰ BJP ਆਪਣੇ ਆਪ ਨੂੰ ਬਚਾਉਣਾ ਚਾਹੁੰਦੀ। ਦੂਸਰੀ ਬੇਨਤੀ ਜਿਹੜੀ ਹੈ ਉਹ ਮੈਂ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ। ਪੱਤਰਕਾਰ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ, ਇਸੇ ਤਰ੍ਹਾਂ ਪੱਤਰਕਾਰ ਹੈ, ਉਹਨਾਂ ਨੇ ਪੁੱਛਿਆ ਜੀ ਤੁਹਾਨੂੰ 2022 ਦੇ ਇਲੈਕਸ਼ਨ 'ਚ ਪਠਾਨਕੋਟ 'ਚ ਭਾਰਤੀ ਜਨਤਾ ਪਾਰਟੀ ਦੀ ਟਿਕਟ ਮਿਲੇ ਅਤੇ ਤੁਸੀਂ ਇਲੈਕਸ਼ਨ ਕੀ ਲੜੋਗੇ? ਮੈਂ ਕਿਹਾ ਕਿਉਂ ਨਹੀਂ ਲੜਾਂਗੇ ਜੀ, ਮੈਂ ਤਾਂ ਜ਼ਰੂਰ ਇਲੈਕਸ਼ਨ ਲੜਾਂਗਾ। ਲੇਕਿਨ ਤੁਹਾਨੂੰ ਇਹ ਕਿਹਨੇ ਦੱਸਿਆ ਕਿ ਅਸ਼ਵਨੀ ਦੇ ਹੁੰਦੇ ਮੈਂ ਇਲੈਕਸ਼ਨ ਲੜ ਸਕਣਾ? ਅਸ਼ਵਨੀ, ਮੈਂ ਇਹ ਕਿਹਾ ਕਿ ਬਈ ਅਸ਼ਵਨੀ ਬੜਾ ਸੁਯੋਗ, ਸਰਵ ਸ਼ਕਤੀਮਾਨ, ਸਰਵ ਵਿਆਪਕ, ਸਰਵਗਿਆ, ਪਾਰਟੀ ਦੇ ਉੱਤੇ ਜਿਹਦੀ ਗ੍ਰਿਫਤ ਹੈ, ਔਰ ਇੱਕ ਵਾਰੀ ਨਹੀਂ ਜਿਹੜਾ ਦੋ ਵਾਰੀ ਪ੍ਰਧਾਨ ਬਣਿਆ ਔਰ ਦੋ ਵਾਰੀ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਿਧਾਨ ਸਭਾ ਦਾ ਚੁਣਾਵ ਲੜ ਸਕਿਆ, ਉਹ ਐਡਾ ਸੂਝਵਾਨ ਨੇਤਾ ਹੈ, ਉਹ ਮੇਰੇ ਵਰਗੇ ਆਦਮੀ ਨੂੰ ਕਿਉਂ ਅੱਗੇ ਆਉਂਦੇਗਾ ਪਠਾਨਕੋਟ ਦੀ ਰਾਜਨੀਤੀ 'ਚ? ਤੁਸੀਂ ਦੱਸੋ, ਅਗਰ ਉਹ ਰਾਜਨੀਤੀ ਕਰਦਾ, ਅਗਰ ਉਹਨੂੰ ਰਾਜਨੀਤੀ ਆਉਂਦੀ ਹੈ ਤਾਂ ਫਿਰ ਤਾਂ ਉਹ ਕਿਸੇ ਕੀਮਤ 'ਤੇ ਮਾਸਟਰ ਮੋਹਨ ਲਾਲ ਨੂੰ ਤਿੰਨ ਕਾਲ ਅੱਗੇ ਨਹੀਂ ਆਉਂਦੇਗਾ। ਇਹ ਮੈਂ ਵਿਰੋਧ ਨਹੀਂ ਕਰ ਰਿਹਾ ਅਸ਼ਵਨੀ ਦਾ, ਮੈਂ ਉਸ ਦੀ ਸੂਝਬੂਝ ਜਿਹੜੀ ਹੈ, ਅੱਛੇ ਰਾਜਨੇਤਾ ਦੀ ਜਿਹੜੀ ਪਹਿਚਾਣ ਹੈ, ਉਸ ਨਾਤੇ ਕਹਿ ਰਿਹਾ ਕਿ ਉਹ ਮੈਨੂੰ ਕਿਉਂ ਅੱਗੇ ਆਉਂਦੇਗਾ ਜੀ? ਉਹ ਤਾਂ ਪੰਜਾਬ 'ਚ ਵੀ ਨਹੀਂ, ਮੈਨੂੰ 117 ਸੀਟਾਂ ਜਿਹੜੀਆਂ ਪੰਜਾਬ BJP ਲੱਗਣੀਆਂ ਉਹਦੇ 'ਚ ਵੀ ਨਹੀਂ ਆਉਂਦੇਗਾ, ਕਿਉਂ ਆਉਂਦੇਗਾ? ਉਹਨੂੰ ਲੱਗਦਾ ਕਿ ਵੀ ਮਾਸਟਰ ਮੋਹਨ ਲਾਲ ਇੱਕ ਆਦਮੀ ਖਤਰਨਾਕ ਹੈ ਮੇਰੇ ਲਈ, ਉਹ ਖਤਰਾ ਜਾਣਬੁੱਝ ਕੇ ਕਿਉਂ ਮੁੱਲੇਗਾ ਜੀ ਅਸ਼ਵਨੀ? ਜਿਹੜਾ ਤੁਸੀਂ ਪ੍ਰਸ਼ਨ ਕੀਤਾ ਨਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ, ਇਹ ਗੱਲ ਸਹੀ ਹੈ, ਇਹ ਤੁਸੀਂ ਆਕਲਨ ਠੀਕ ਕੀਤਾ। ਅਗਰ ਕਿਸਾਨੀ ਮੁੱਦਾ ਇਸੇ ਤਰ੍ਹਾਂ ਚੱਲਦਾ ਰਿਹਾ, ਇਹੀ ਸਪੀਡ 'ਚ ਰਿਹਾ, ਇਹੀ ਕਿਸਾਨਾਂ ਦੇ ਲੀਡਰ ਰਹੇ ਔਰ ਕੇਂਦਰ ਸਰਕਾਰ ਨੇ ਇਸ 'ਚ ਇੰਟਰਵੀਨ ਨਾ ਕੀਤਾ, ਯਕੀਨਨ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਨੁਕਸਾਨ ਹੋਣਾ।